ਹੈਗੀਆਂ। ਤੁਹਾਨੂੰ ਇੱਕ ਖੁਸ਼ਖਬਰੀ ਆ ਰਹੀ ਹੈ ਕਿ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਜਿਹੜੇ ਪ੍ਰਬੰਧ ਹੇਠ ਦੋ ਗੁਰਦੁਆਰਾ ਸਾਹਿਬ ਚੱਲਦੇ ਆ, ਉੱਥੇ ਇੱਕ ਹੈਵਲਕ ਰੋਡ ਹੈ, ਉਸ ਰੋਡ ਦਾ ਨਾਮ ਜਿਹੜਾ ਹੈ ਗੁਰੂ ਨਾਨਕ ਰੋਡ ਦੇ ਨਾਂ ਦੀ ਤਜਵੀਜ਼ ਰੱਖੀ ਗਈ ਹੈ। ਇਸ ਕੌਮ ਨੂੰ ਸਦੀਆਂ ਤੋਂ ਜਿਹੜੀ ਮਾਰਨ ਦੀਆਂ ਕੁਟਲ ਨੀਤੀਆਂ ਬਣਾਈਆਂ ਗਈਆਂ ਸਨ, ਉਸ ਕੁਟਲ ਨੀਤੀਆਂ ਨੂੰ ਮਾਤ ਪਾ ਕੇ ਅੱਜ ਦੁਨੀਆਂ ਦੇ ਹਰ ਉਸ ਵਰਗ ਦੇ ਵਿੱਚ ਤੇ ਹਰ ਉਸ ਦੇਸ਼ ਦੇ ਵਿੱਚ ਕੇਸਰੀ ਨਿਸ਼ਾਨ ਚਲਾ ਕੇ ਇੱਕ ਜੋ ਮਾਣ ਪ੍ਰਾਪਤ ਹੋਇਆ, ਉਹ ਸਾਰਾ ਇਹਨਾਂ ਵੀਰਾਂ ਭੈਣਾਂ ਕਰਕੇ ਔਰ ਸਿੱਖ ਕੌਮ ਨੇ ਜੋ ਸਾਡੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦਾਤ ਬਖਸ਼ੀ ਜੀ, ਪੰਜ ਕਕਾਰ ਸਜਾ ਕੇ ਅੱਜ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਆਲੂ ਅਤੇ ਸਿੱਖ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ। ਜੇ ਟਰੰਪ ਵਰਗੇ ਜਿਹੜੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ ਉਹਨਾਂ ਦੇ ਬਿਆਨ ਆਉਂਦੇ ਆ, ਜੇ ਕੈਨੇਡਾ ਦੇ ਵਿੱਚ ਜਿਹੜੇ ਬਿਆਨ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਬਿਆਨ ਆਉਂਦੇ ਆ, ਜੇ UK ਦੇ ਵਿੱਚ ਬਿਆਨ ਆਉਂਦੇ ਆ, ਤਾਂ ਉਹ ਇਹ ਗੱਲ ਕਹਿੰਦੇ ਆ ਵੀ ਸਿੱਖਾਂ ਤੋਂ ਸਾਨੂੰ ਸਿੱਖਣਾ ਚਾਹੀਦਾ। ਸਿੱਖ ਤਾਂ ਆਲਰੇਡੀ ਸਿੱਖਦੇ ਆਏ ਆ, ਸਿੱਖ ਰਹੇ ਆ, ਲੇਕਿਨ ਉਹ ਕਹਿ ਰਹੇ ਆ ਵੀ ਦੇਖੋ ਜਿੱਥੇ ਕਿਤੇ ਵੀ ਲੋੜ ਪੈਂਦੀ ਸਿੱਖ ਕਿਸੇ ਵੀ ਚੀਜ਼ ਤੋਂ ਇੱਕ ਰੱਬ ਤੋਂ ਇਲਾਵਾ ਹੋਰ ਕਿਸੇ ਤੋਂ ਨਹੀਂ ਡਰਦੇ, ਸਿਰੇ ਪਰਮਾਤਮਾ ਤੋਂ ਡਰਦੇ, ਉਹਦੇ ਭੈ ਵਿੱਚ ਰਹਿ ਕੇ ਅਰਦਾਸ ਕਰਕੇ ਜਿਹੜੀਆਂ ਸੇਵਾਵਾਂ ਕਰ ਰਹੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਵਰਲਡ ਵਾਈਡ ਜਿਹੜੀ ਸਿੱਖਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿ ਇੱਕ ਬਹੁਤ ਦੇਰ ਤੋਂ ਜਿਹੜੀ ਚੀਜ਼ ਡਿਊ ਸੀ ਸਾਊਥ ਵੱਲ ਦੇ ਵਿੱਚ, ਸੋ ਉਹ ਗੁਰੂ ਨੇ ਜਿਹੜੀ ਸੁਣੀ ਹੈ, ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਇਸ ਕਰਕੇ। ਪੰਜਾਬੀ ਲੋਕ ਚੈਨਲ ਵਿੱਚ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਸਿੱਖ ਜਿੱਥੇ ਵੀ ਜਾਂਦਾ ਸਭ ਤੋਂ ਪਹਿਲੇ ਆਪਣਾ ਘਰ ਬਣਾਉਣ ਤੋਂ ਪਹਿਲੇ ਵੀ ਉਹ ਇਹ ਸੋਚਦਾ ਕਿ ਮੇਰਾ ਗੁਰੂ ਘਰ ਜ਼ਰੂਰ ਹੋਣਾ ਚਾਹੀਦਾ, ਅਤੇ ਸਿੱਖਾਂ ਨੇ ਇਸ ਗੱਲ ਦੇ ਉੱਤੇ ਸਭ ਤੋਂ ਪਹਿਲੇ ਮੋਹਰ ਲਾਈ ਹੈ ਕਿ ਉਹ ਜਿੱਥੇ ਵੀ ਗਏ, ਜਿਸ ਵੀ ਦੇਸ਼ ਵਿੱਚ ਗਏ, ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਬਣਾਇਆ, ਅਤੇ ਗੁਰਦੁਆਰਾ ਸਾਹਿਬ ਵੀ ਜੋ ਪ੍ਰਬੰਧ ਹੈ ਉਸ ਨੂੰ ਵੀ ਅਲਾ ਦਰਜਾ ਦਾ ਚਲਾਉਣ ਵਾਸਤੇ ਇੱਕ ਪ੍ਰਚਾਰ ਦਾ ਕੇਂਦਰ ਬਣ ਗਏ ਗੁਰਦੁਆਰਾ ਸਾਹਿਬ। ਅਸੀਂ ਇੱਕ ਐਸੇ ਹੀ ਪ੍ਰਚਾਰ ਦੇ ਕੇਂਦਰ ਜੋ ਕਿ ਯੂਰਪ ਦਾ ਸਭ ਤੋਂ ਵੱਡਾ ਗੁਰਦੁਆਰਾ ਮੰਨਿਆ ਜਾਂਦਾ ਹੈ, ਜਿਹਦਾ ਪ੍ਰਬੰਧ ਬਹੁਤ ਵਧੀਆ, ਅਤੇ ਕਿਹਾ ਜਾਂਦਾ ਹੈ ਕਿ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਪੂਰਨ ਰੂਪ ਦੇ ਵਿੱਚ ਮੰਨੀ ਜਾਂਦੀ ਹੈ। ਆਪਾਂ ਉਹਨਾਂ ਦੇ ਪ੍ਰਬੰਧਕ ਮੁੱਖ ਸੇਵਾਦਾਰ ਭਾਈ ਗੁਰਮੇਲ ਸਿੰਘ ਜੀ ਮੱਲੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰਦਾਰ ਗੁਰਮੇਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੱਲੀ ਸਾਹਿਬ, ਸਭ ਤੋਂ ਪਹਿਲੇ ਵਧਾਈਆਂ, ਤੁਹਾਨੂੰ ਇੱਕ ਖੁਸ਼ਖਬਰੀ ਆ ਰਹੀ ਹੈ ਕਿ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਜਿਹੜੇ ਪ੍ਰਬੰਧ ਹੇਠ ਦੋ ਗੁਰਦੁਆਰਾ ਸਾਹਿਬ ਚੱਲਦੇ ਆ, ਉੱਥੇ ਇੱਕ ਹੈਵਲਕ ਰੋਡ ਹੈ, ਉਸ ਰੋਡ ਦਾ ਨਾਮ ਜਿਹੜਾ ਹੈ ਗੁਰੂ ਨਾਨਕ ਰੋਡ ਦੇ ਨਾਂ ਦੀ ਤਜਵੀਜ਼ ਰੱਖੀ ਗਈ ਹੈ, ਇਹਦੇ ਬਾਰੇ ਦੱਸੋਗੇ ਪਲੀਜ਼। ਸਭ ਤੋਂ ਪਹਿਲਾਂ ਤਾਂ ਹਰਪਾਲ ਜੀ, ਤੁਹਾਨੂੰ ਸਾਰਿਆਂ ਨੂੰ, ਸਾਰੀਆਂ ਸੰਗਤਾਂ ਨੂੰ ਇਸ ਕਰੋਨਾ, ਜੋ ਕਰੋਨਾ ਵਾਇਰਸ ਸਾਰੀ ਦੁਨੀਆਂ 'ਤੇ ਫੈਲੀ ਹੋਈ ਆ, ਉਹਨੂੰ ਮੱਦੇਨਜ਼ਰ ਰੱਖਦਿਆਂ, ਕਿਉਂਕਿ ਜੋ ਗੁਰੂ ਘਰਾਂ ਨੇ ਅਤੇ ਗੁਰੂ ਦੇ ਸਿੱਖਾਂ ਨੇ ਜੋ ਸੇਵਾਵਾਂ ਕੀਤੀਆਂ, ਉਹਨਾਂ ਦੀ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਕਿ ਜਿਸ ਤਰ੍ਹਾਂ ਸਾਰੀ ਦੁਨੀਆਂ ਦੇ ਲੋਕ ਜਿਹੜੇ ਹੈਗੇ ਆਪਣੇ ਆਪਣੇ ਘਰਾਂ ਦੇ ਵਿੱਚ ਬੰਦ ਅਤੇ ਇਸ ਬਿਮਾਰੀ ਤੋਂ ਡਰਦੇ, ਮੇਰਾ ਖਿਆਲ ਵੀ ਕੋਈ ਬਾਹਰ ਨਿਕਲਦੇ, ਕੋਈ ਗੌਰਮੈਂਟ ਦੀਆਂ ਗਾਈਡਲਾਈਨ ਵੀ ਇਸ ਤਰ੍ਹਾਂ ਸੀਗੀ, ਪਰ ਸਿੱਖਾਂ ਨੇ ਜਦੋਂ ਕਦੋਂ ਵੀ ਚਾਹੇ ਉਹ ਮਹਾਂਮਾਰੀ ਕੋਈ ਬਿਮਾਰੀ ਹੋਵੇ, ਕੋਈ ਚਾਹੇ ਕੋਈ ਵਰਲਡ ਵਾਰ ਲੱਗੀ ਹੋਵੇ, ਚਾਹੇ ਕਿਸੇ ਮਜ਼ਲੂਮਾਂ 'ਤੇ ਅੱਤਿਆਚਾਰ ਹੋ ਰਿਹਾ ਹੋਵੇ, ਅਤੇ ਸਿੱਖਾਂ ਨੇ ਹਮੇਸ਼ਾ ਹੀ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਪਹਿਰਾ ਦਿੱਤਾ, ਅਤੇ ਉਸ ਪਹਿਰੇ ਨੂੰ ਮੁੱਖ ਰੱਖਦਿਆਂ ਜੋ ਗੁਰੂ ਨਾਨਕ ਦੇਵ ਜੀ ਨੇ ਲੰਗਰ ਚਲਾਇਆ ਹੋਇਆ ਸੀ, ਅੱਜ ਸਾਰੀ ਦੁਨੀਆਂ ਦੇ ਵਿੱਚ ਜਿੱਥੇ ਕਿਤੇ ਵੀ ਗੁਰੂ ਨਾਨਕ ਲੇਵਾ ਸਿੱਖ ਵੱਸਦੇ ਆ, ਅਤੇ ਉਹਨਾਂ ਨੇ ਦਿਲ ਖੋਲ੍ਹ ਕੇ ਲੰਗਰਾਂ ਦੀ ਸੇਵਾ ਕੀਤੀ, ਅਤੇ ਖਾਸ ਕਰਕੇ ਜਿਹੜੇ ਨੌਜਵਾਨ, ਅੱਜ ਜਿਹੜੀ ਨੌਜਵਾਨ ਪੀੜ੍ਹੀ ਆ, ਉਹ ਇਸ ਪਾਸੇ ਗੁਰੂ ਨੂੰ ਮੁੱਖ ਰੱਖਦੇ ਆ, ਉਹਨਾਂ ਨੇ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ 20 ਸਾਲ ਤੋਂ ਲੈ ਕੇ ਤਕਰੀਬਨ 35-40 ਸਾਲ ਦੇ ਜਿੰਨੇ ਵੀ ਨੌਜਵਾਨ ਸਾਡੇ ਅਸੀਂ UK 'ਚ ਦੇਖਦੇ ਹਾਂ, ਉਹਨਾਂ ਨੇ ਗੁਰੂ ਘਰ ਸੰਭਾਲੇ ਹੋਏ, ਗੁਰੂ ਘਰਾਂ ਦੀ ਸੇਵਾਵਾਂ ਕਰਦੇ ਹਨ, ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਧੰਨਵਾਦ ਕਰਦੇ ਹਾਂ, ਕਿਉਂਕਿ
नहीं तो आने वाली जनरेशन जीडिया है होर पास यूरोप दंट्रिया आके होर पास लग रही पर सू बड़ी खुशी है कि साढ़े गुरु ने साडे बच्चों बड़ी मेहर करके जिस कौम सदिया तो जी मारन दुटल नीतियां बनाई गई सन उस कुटल नीतियां मात पा के अज दुनिया के हर उस वर्ग के हर उस देश के दे केसरी निशान चला के एक जो माण प्राप्त होया वो सारा इन्हां वीर भैन करके और सिख कौम ने जो साडे गुरु गोबिंद सिंह ने सानू दात बख्शी पंज ककार सजा के अज दुनिया के हर कोने के आलू तो सिख जिहड़ा हैगा वो तुसी देख सकते हो। तो जदों असी गल करते हैं गुरु घर की क्योंकि कोई मेरा ख्याल ऐसा दुनिया का शहर नहीं होएगा जिथे गुरु घर ना खुले हो सिख की पहला यह मराद हुंदी है आस हुंदी है कि मेरे गुरु का घर पहला होवे क्योंकि साडा जिहड़ा सिखां दा जिहड़ा जीवन है उस ज्यादा बाणी दे नाल जुड़िया होया असीं बाणी दे आधार दे उपर क्योंकि साडा जिहड़ा कर्म हैगा वह बाणी दे आधार दा है। साडे गुरु ने 249 साल ला के जो गुरु ग्रंथ साहिब दे सानू लड़ ला के गए आ वह साडा प्रैक्टिकल वे ऑफ लाइफ साडा सिखां दा जिहड़ा बना दिता किरत करो वंड छको ते नाम जपो जो सब तों पहला गुरु नानक देव जी ने सानू मोहर लाई सीगी उस दे उपर चल के अज सिख दी जो पहचान हो रही है जे ट्रंप वर्गे जिहड़े अमेरिका दे विच राष्ट्रपति उन्हां दे बयान आउंदे आ जे कनेडा दे विच जिहड़े बयान उत्थों दे प्रधानमंत्री दे बयान आउंदे आ जे यूके दे विच बयान आउंदे आ तां ओह इह गल कहिंदे आ वी सिखां तों सानूं सिखणा चाहीदा सिख तां आलरेडी सिखदे आए आ सिख रहे आ लेकिन ओह कह रहे आ वी देखो जिथे किते वी लोड़ पैंदी सिख किसे वी चीज़ तों एक रब तो अलावा होर किसी तो नहीं डरते सिर्फ परमात्मा तो डरते उहदे भै विच रह के अरदास करके जिहड़ियां सेवावां कर रहे इन्हां दा असीं धन्नवाद करदे हां। हाँ जी जिहड़ा गुरुद्वारा साहिब दे रोड हैवलक रोड दी उहदे बारे दसोगे प्लीज। जिहड़ा हैवलक रोड इह एक जरनल होया 1857 दे विच जदों इंडिया दे विच काफ़ी उदों जिहड़ी लड़ाई दे दरम्यान काफ़ी इंडियनस ते सिख जिहड़े उदों शहीद किए गए ते इस उस यह जरनल के नाँ ते जिहड़ी रोड बनी हुई सी बड़े लंबे समय तो सिखा ने टाइम टू टाइम जिहड़ी रिक्वेस्ट जिहड़ी तालमेल करन दी कोशिश कीती गई कहिंदे हुंदे आ देर आए तुरस्त आए एक करोना महामारी ने आउणा सी गुरु दीआं संगतां ने लंगर लाउणे सी इस टाइम श्री गुरु सिंह सभा दे दोनों गुरु घरां तों तकरीबन 3000 प्लस डेली मील जिहड़ा हैगा उह संगतां नूं पहुँचा रहे हन जिहड़े फ्रंट लाइन ते जिहड़े साडे NHS दे स्टाफ हैगे उहनां वास्ते होस्पिटलां जिहड़ा लंगर पहुँचा रहे हन सो उहदी कृपा करके गुरु नानक दी कृपा करके जिहड़ा वर्ल्ड लैवल ते जिहड़ा इह चेंज आया है ते इह कौंसल ने जिहड़ा इह पिछले दिनी मता पास करके जिहड़ा अपना जनरनमस लई उहनां ने एग्री करके ते कंसल्टेशन वास्ते जिहड़ा अगे प्रोसीजर जिहड़ा शुरू कर दिता सो असीं सारी ही कौंसल दा खास करके कौंसल दे जिहड़ा ईलिंग दा लीडर जूलियन बैल ते सारे कौंसल दे कौंसलरां दा एक एक करके क्योंकि लंबी लिस्ट हैगी कौंसलरां दी सारे दा असीं बहुत धन्नवाद करदे हां क्योंकि उहनां ने इह जिहड़ा योगदान सिख कम्यूनिटी दे लई और गुरु नानक सब दे सांझे तकरीबन कोई ऐसा धर्म जिहड़ा गुरु नानक देव जी नूं ना मन्नदा होवे लेकिन वक्खरे वक्खरे नामां दे नाल अपने अपने तरां उह जिहड़ा सत्कार करदे हन सो इस करके संगतां दी मेजोरिटी ने जिहड़ा इह नाम जिहड़ा हैगा चूज़ कीता है। नाम असल विच की है जी की नाम रखा गया रोड दा? नाम दा रोड जिहड़ा प्रपोज कीता हैगा गुरु नानक रोड दा नाम प्रपोज कीता है लेकिन वखरे हां जी सो ओदे विच कई क्योंकि इस दे विच इक सुझाव आंदा वी कई देव शब्द ते वी थोड़ी जिही किंतू करदे आ क्योंकि हिस्टोरिकल तथ्य वी इह दसदे आ वी इस दा नाम एक्चुअल नाम गुरु नानक ही होना गुरु नानक साहिब दे नां ते होना चाहीदा चंगे सुझाव क्योंकि संगतां दे सहयोग दे नाल जो भी अप्रूवल होना है सारियां सिख संगतां दे लई है असीं तां प्रबंधक संगतां दे सहयोग दे नाल उहनां दी सपोर्ट के नाल जिवें संगतां क्योंकि मेजोरिटी इस टाइम जे तुसीं आपां कह सकदे आ वर्ल्ड वाइड जिहड़ी सिखां दे विच इक खुशी दी लहर है कि एक बहुत देर तो जिहड़ी चीज़ ड्यू सी साउथ हाल दे विच सो उह गुरु ने जिहड़ी सुनी है तो इस करके असीं सारियां संगतां नूं बहुत बहुत मुबारकबाद दिंदे हां इस गल दी।
ਤੇ ਇਹ ਕਦੋਂ ਤੱਕ ਜਿਹੜਾ ਬੋਰਡ ਹੈ ਪ੍ਰੋਪਰ ਤੌਰ ਤੇ ਲੱਗ ਜਾਏਗਾ ਵੀ ਹਾਂ ਹੁਣ ਇਸ ਗੁਰਦੁਆਰੇ ਦਾ ਜਿਹੜਾ ਇਸ ਰੋਡ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਰੋਡ ਹੈ? ਹਾਂਜੀ, ਜਿੰਨੇ ਵੀ ਲੋਕਲ ਕੌਂਸਲਰ ਅਲੱਗ ਵੱਖਰੇ ਵੱਖਰੇ ਟੀਵੀਆਂ ਤੇ ਆ ਕੇ ਉਹਨਾਂ ਨੇ ਪ੍ਰੋਗਰਾਮ ਦਿੱਤੇ ਹੈਗੇ ਆ, ਉਹਨਾਂ ਨੇ ਜਿਹੜਾ ਨਵੰਬਰ ਦੇ ਵਿੱਚ ਸਾਡਾ ਗੁਰਪੁਰਬ ਆ ਰਿਹਾ ਤੇ ਉਮੀਦ ਰੱਖੀ ਜਾ ਰਹੀ ਹੈ ਵੀ ਉਹ ਨਵੰਬਰ ਤੋਂ ਨਗਰ ਕੀਰਤਨ ਤੋਂ ਪਹਿਲਾਂ ਪਹਿਲਾਂ ਗੁਰੂ ਨਾਨਕ ਜੀ ਦੇ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਜਿਹੜਾ 500 ਸਾਲਾ ਨਗਰ ਆਪਣਾ ਮਨਾ ਰਹੇ ਹਾਂ ਆਪਾਂ ਤੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਵੀ ਉਸ ਤੋਂ ਪਹਿਲਾਂ ਪਹਿਲਾਂ, ਸੋ ਰਫਲੀ 5-6 ਮਹੀਨੇ ਦਾ ਟਾਈਮ ਹੈਗਾ। ਸੋ ਉਹਦੇ ਵਿੱਚ ਜਿਹੜੀਆਂ ਸਾਰੀਆਂ ਪੋਸਟ ਕੋਡ ਵਗੈਰਾ ਚੇਂਜ ਕਰਨੇ, ਨਾਂ ਚੇਂਜ ਕਰਨੇ, ਵੱਖਰੇ ਵੱਖਰੇ ਡਿਪਾਰਟਮੈਂਟਾਂ 'ਚ ਸਾਰਾ ਕੁਛ ਭੇਜਣਾ, ਸੋ ਉਹ ਸਾਰੀ ਕਾਰਵਾਈ ਉਦੋਂ ਪਹਿਲਾਂ ਪਹਿਲਾਂ ਉਹ ਕਹਿੰਦੇ ਆ ਵੀ ਹੋ ਜਾਏਗੀ। ਅੱਛਾ, ਇੱਕ ਹੋਰ ਇਹ ਪਤਾ ਕਰਨਾ ਸੀ, ਜਿਹੜੇ COVID-19 ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਜਿਹੜੇ ਉੱਥੇ ਸੰਗਤਾਂ ਦੇ ਵਾਸਤੇ ਖੁੱਲਣ ਦਾ ਕੀ ਪ੍ਰੋਗਰਾਮ ਬਣਾਇਆ ਗਿਆ ਤੁਹਾਡੇ ਵੱਲੋਂ ਵੀ ਸੰਗਤ ਇਸ ਵੇਲੇ ਗੁਰਦੁਆਰਾ ਸਾਹਿਬ ਵਿਖੇ ਆ ਸਕਦੀ ਹੈ? ਜਿਹੜਾ 15 ਤਰੀਕ ਤੋਂ UK ਦੇ ਵਿੱਚ 15 ਤਰੀਕ ਨੂੰ 15 ਜੂਨ ਤੋਂ ਜਿਹੜਾ ਸੰਗਤਾਂ ਪਰਸਨਲ ਪ੍ਰੇ ਵਾਸਤੇ ਜਿਹੜਾ ਓਪਨ ਹੋ ਰਿਹਾ ਗੁਰੂ ਘਰ, ਉਹਦੇ ਵਿੱਚ ਆ ਕੇ ਤੁਸੀਂ ਮੱਥਾ ਟੇਕ ਸਕਦੇ ਹੋ, ਆਪਣੀ ਅਰਦਾਸ ਕਰ ਸਕਦੇ ਹੋ ਐਜ਼ ਏ ਇੰਡੀਵਿਜੁਅਲ। ਲੇਕਿਨ ਜਿਹੜਾ ਵਿਜ਼ਿਟਿੰਗ ਟਾਈਮ, ਜੇ ਆਪਾਂ ਕਹਿ ਦਈਏ ਵੀ ਜੇ ਕਿਸੇ ਨੇ ਉੱਦਾਂ ਗੁਰੂ ਘਰ ਵੇਖਣ ਆਉਣਾ ਜਾਂ ਉੱਦਾਂ, ਉਹ ਹਜੇ ਜਿਹੜਾ ਨਹੀਂ ਪੂਰਾ ਜਿਹੜੀ ਪ੍ਰਮਾਣ ਗੌਰਮੈਂਟ ਵੱਲੋਂ ਗਾਈਡਲਾਈਨ ਮਿਲੀਆਂ, ਹਜੇ ਸਿਰਫ ਤਾਂ ਸਿਰਫ ਮੱਥਾ ਟੇਕਣ ਲਈ ਤਕਰੀਬਨ 4 ਜੁਲਾਈ ਤੋਂ ਜਿਹੜਾ ਵਿਆਹਾਂ ਵਾਸਤੇ ਕੋਸ਼ਿਸ਼ ਕੀਤੀ ਜਾਏਗੀ ਵਿਆਹਾਂ ਦੀ ਕਿ ਕਿੰਨੇ ਕੁ ਬੰਦਿਆਂ ਨੂੰ ਉਹ ਇਜਾਜ਼ਤ ਦਿੰਦੇ ਆ। ਫਿਰ ਡਿਪੈਂਡ ਕਰਦਾ ਤੁਹਾਡਾ ਗੁਰਦੁਆਰਾ ਕਿੰਨੀ ਕਪੈਸਿਟੀ ਰੱਖਦਾ, ਉਹਦਾ ਸਾਈਜ਼ ਵੀ, ਕਿੰਨੇ ਸਕੇਅਰ ਫੁੱਟ ਦੇ ਵਿੱਚ ਕਿੰਨੇ ਆਦਮੀ ਆ ਸਕਦੇ ਆ, ਉਹਦੇ 'ਤੇ ਵਰਕ ਕੀਤਾ ਜਾ ਰਿਹਾ। ਜਿਹੜਾ ਫਿਊਨਰਲ ਦੀ ਸਰਵਿਸ ਹੈਗੀ ਆ ਉਹ ਆਲਰੇਡੀ ਗੁਰੂ ਘਰਾਂ ਦੇ ਵਿੱਚ ਹੋ ਰਹੀ ਹੈਗੀ ਆ। 10 ਬੰਦੇ ਜਿਹੜੇ ਪਰਿਵਾਰ ਦੇ ਆ ਕੇ ਤੁਸੀਂ ਐਲਾਣੀਆਂ ਦਾ ਪਾਠ ਅਤੇ ਜਿਹੜੀ ਸਹਿਜ ਪਾਠ ਦੇ ਭੋਗ ਉਹ ਪਾਏ ਜਾਂਦੇ ਰਹੇ ਹੈ। ਸੋ ਹੁਣ ਉਹਦੇ 'ਚ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਵੀ ਜਿਹੜੀਆਂ ਗਾਈਡਲਾਈਨਸ ਥੋੜ੍ਹੀਆਂ ਜਿਹੀਆਂ ਰਿਲੈਕਸ ਹੋਣ, ਤਾਂ ਕਿ 20-25 ਫੈਮਿਲੀ ਦੇ ਮੈਂਬਰ ਤਾਂ ਨੋਰਮਲੀ ਹਰ ਪਰਿਵਾਰ ਦੇ ਹੋ ਜਾਂਦੇ ਆ। ਸੋ ਉਹਨਾਂ ਦੇ ਵਿੱਚ ਬਣਾਉਣ ਦੀ ਜਿਹੜੀ ਰਿਕੁਐਸਟ ਕੀਤੀ ਜਾ ਰਹੀ ਆ, ਵਿਆਹ ਸ਼ਾਦੀਆਂ ਵਾਸਤੇ ਤਕਰੀਬਨ 33-51 ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਤਰ੍ਹਾਂ, ਕਿਉਂਕਿ ਕੰਸਲਟੇਸ਼ਨ ਗੌਰਮੈਂਟ ਨੇ ਗਾਈਡਲਾਈਨ ਦੇਣੀਆਂ ਅਤੇ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆ ਕੇ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਨਾਲ ਉਹਨਾਂ ਨਾਲ ਰਾਏ ਕਰਕੇ ਵੀ ਕਿਸ ਤਰ੍ਹਾਂ ਅਸੀਂ ਇਹਨੂੰ ਮੇਨਟੇਨ ਕਰ ਸਕਦੇ ਹਾਂ ਅਤੇ ਕਿਸ ਤਰ੍ਹਾਂ ਸੰਗਤਾਂ ਨੂੰ, ਕਿਉਂਕਿ ਸੇਫਟੀ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜੀ ਇਹ ਨਾਮ ਰੱਦ ਬਿਮਾਰੀ ਆ, ਇਹ ਜੇ ਤਾਂ ਤੁਹਾਨੂੰ ਕੋਈ ਚੀਜ਼ ਦੇਖਦੀ ਹੋਵੇ ਤਾਂ ਤੁਸੀਂ ਉਪਰਾਲਾ ਕਰ ਸਕਦੇ ਹਾਂ, ਕੋਈ ਬਚ ਸਕਦੇ ਹਾਂ, ਪਰ ਇਹ ਦਿਖਾਈ ਤਾਂ ਦਿੰਦੀ ਨਹੀਂ ਇਹ ਜਿਹੜੀ ਵਾਇਰਸ ਹੈਗੀ ਆ। ਸੋ ਇਸ ਕਰਕੇ ਜਿੱਥੇ ਤੁਸੀਂ ਮੱਥਾ ਟੇਕਦੇ ਆ, ਜਿੱਥੇ ਤੁਸੀਂ ਪਾਣੀ ਦੇ ਹੱਥ ਧੋਨੇ ਆ, ਜਿੱਥੇ ਕਿਤੇ ਵੀ ਤੁਸੀਂ ਜਾਣਾ ਹੈਗਾ, ਤੁਹਾਨੂੰ ਜਿਹੜਾ ਸੈਨੀਟਾਈਜ਼ਰ ਉਹ ਪ੍ਰੋਪਰਲੀ ਕਰਨਾ ਪਏਗਾ। ਸੋ ਇਸ ਕਰਕੇ ਕਾਫੀ ਜਿਹੜੀਆਂ ਲੋੜਾਂ ਹੈਗੀਆਂ ਉਹ ਮੱਦੇਨਜ਼ਰ ਰੱਖਣੀਆਂ ਪੈਣੀਆਂ, ਕਿਉਂਕਿ ਸਾਡੀ ਸੇਫਟੀ ਜਿਹੜੀ ਹੈਗੀ ਸਾਡੀ ਕੌਮ ਦੀ, ਸਾਡੇ ਦੇਸ਼ ਦੀ, ਉਹ ਬਹੁਤ ਜ਼ਰੂਰੀ ਹੈ। ਸੋ ਇਸੇ ਨੂੰ ਮੱਦੇਨਜ਼ਰ ਗੌਰਮੈਂਟ ਜਿਹੜੀ ਗਾਈਡਲਾਈਨ ਬਣਾਈਆਂ ਹੈਗੀਆਂ ਉਹ ਇਸ਼ੂ ਅੱਜ ਵੀ ਕੀਤੀਆਂ ਉਹਨਾਂ ਨੇ, ਲੇਕਿਨ ਉਹ ਹਜੇ ਸਿਰਫ ਪਰਸਨਲ ਤੌਰ 'ਤੇ ਤੁਸੀਂ ਗੁਰੂ ਘਰ ਜਾ ਕੇ ਮੱਥਾ ਟੇਕ ਸਕਦੇ, ਕਿਉਂਕਿ ਸੰਗਤਾਂ ਦੀ ਜਿਹੜੀ ਖੁਰਾਕ ਗੁਰਬਾਣੀ ਆ, ਸੰਗਤਾਂ ਦੀ ਖੁਰਾਕ ਜਿਹੜਾ ਹੈਗਾ ਗੁਰੂ ਦੇ ਦਰਸ਼ਨ ਕਰਨੇ। ਕੋਈ ਐਸੇ ਸਿੱਖ ਵੀ ਹੈਗੇ ਆ ਜਿਹੜੇ ਰੋਜ਼ ਨਿਤਾ ਪ੍ਰਤੀ, ਚਾਹੇ ਹਨੇਰੀ ਵੀ ਆਵੇ, ਮੀਂਹ ਵੀ ਆਵੇ, ਤਾਂ ਵੀ ਉਹਨਾਂ ਨੇ ਦਰਸ਼ਨ ਕਰਨੇ ਆ। ਅਤੇ ਹੁਣ ਜਿਹੜੇ ਪਿਛਲੇ 3 ਮਹੀਨਿਆਂ ਤੋਂ ਮੇਰਾ ਸੰਗਤਾਂ ਬਾਹਰ ਨਮਸਕਾਰ ਕਰਕੇ ਬਾਹਰੋਂ ਮੁੜ ਜਾਂਦੇ ਰਹੇ, ਲੇਕਿਨ ਉਹਨਾਂ ਦੀਆਂ ਅਰਦਾਸਾਂ ਅਤੇ ਉਹਨਾਂ ਦੇ ਜਿਹੜੀਆਂ ਨੇਤਾਂ ਪ੍ਰਤੀ ਆ ਕੇ ਅਰਦਾਸ ਕਰਨੇ ਵੀ ਸਾਡੇ ਦਰਸ਼ਨ ਦਿਦਾਰੇ ਕਰਾਓ। ਸੋ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੀ ਅਸੀਂ 70 ਸਾਲਾਂ ਤੋਂ ਅਰਦਾਸ ਕਰਦੇ ਸੀ, ਕਿਉਂਕਿ ਅਰਦਾਸ ਹੀ ਹੈ ਸਿੱਖ ਦੀ ਇੱਕ, ਜੇ ਸਿੱਖ ਦੇ ਦਿਲ ਦੇ ਵਿੱਚ ਅਰਦਾਸ ਹੈ ਅਤੇ ਪਿਆਰ ਹੈ, ਉਦੋਂ ਬਾਅਦ ਸਾਰਾ ਕੁਛ ਸ਼ੁਰੂ ਹੁੰਦਾ, ਫਿਰ ਹੀ ਸੇਵਾ ਸਿਮਰਨ ਹੁੰਦੀ, ਸੇਵਾ ਸ਼ੁਰੂ ਹੁੰਦੀ ਅਤੇ ਫਿਰ ਹੀ ਸਿਮਰਨ ਸ਼ੁਰੂ ਹੁੰਦਾ ਜੀ। ਜਿਹੜੀ ਅੰਦਰਲੀ ਮਰਿਆਦਾ ਗੁਰੂ ਦਰਬਾਰ ਦੀ ਹੈਗੀ ਆ ਉਹ ਪ੍ਰੋਪਰ ਉਸੇ ਤਰ੍ਹਾਂ ਚੱਲਦੀ ਹੈ ਜੀ? ਕਿਉਂਕਿ ਗੁਰੂ ਘਰ ਕਦੇ ਵੀ ਮੇਰਾ ਖਿਆਲ ਦੁਨੀਆਂ ਦੇ ਵਿੱਚ ਬੰਦ ਨਹੀਂ ਹੋਏ ਹੋਣੇ, ਕਿ ਚਾਹੇ ਹਨੇਰੀ ਆਵੇ, ਚਾਹੇ ਚੱਖੜ ਆਵੇ, ਚਾਹੇ 1984 ਦਾ ਦਰਬਾਰ ਸਾਹਿਬ ਦਾ ਅਟੈਕ ਤੁਸੀਂ ਲੈ ਲਓ, ਉੱਥੇ ਵੀ ਦਰਬਾਰ ਸਾਹਿਬ ਦੇ ਵਿੱਚ ਮਰਿਆਦਾ ਜਿਹੜੀ ਹੈਗੀ ਆ ਉਹ ਕੰਟੀਨਿਊ ਸਿੱਖਾਂ ਨੇ ਆਪਣੇ ਤਲੀ 'ਤੇ ਸਿਰ ਰੱਖ ਕੇ ਉੱਥੇ ਵੀ ਕੰਟੀਨਿਊ ਰੱਖੀ। ਅਤੇ ਜਿਹੜੀ ਮਾਨ ਮਰਿਆਦਾ, ਮੇਰਾ ਖਿਆਲ ਕੋਈ ਵੀ ਐਸਾ ਗੁਰੂ ਘਰ ਨਹੀਂ ਹੈ ਜਿੱਥੇ ਸੁਬਹਾ ਸ਼ਾਮ ਗੁਰੂ ਮਹਾਰਾਜ ਪ੍ਰਕਾਸ਼ ਨਹੀਂ ਹੁੰਦੇ ਅਤੇ ਸੇਵਾ ਨਹੀਂ ਚੱਲਦੀ। ਮਜੋਰਟੀ ਗੁਰੂ ਘਰਾਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ UK ਦੇ ਗੁਰੂ ਘਰਾਂ ਦੇ ਵਿੱਚ ਜਿਹੜੇ ਲੰਗਰਾਂ ਦੀ ਸੇਵਾ ਹੈਗੀ ਆ ਉਹ ਤਕਰੀਬਨ ਮੋਰ ਦੈਨ 60-70% ਗੁਰੂ ਘਰਾਂ ਦੀ ਲੰਗਰਾਂ ਦੀ ਸੇਵਾ ਚੱਲੀ ਜਾ ਰਹੀ ਆ। ਅਤੇ ਉਹਨਾਂ ਜਿਹੜੇ ਸੇਵਾਦਾਰ ਹੈਗੇ, ਵਲੰਟੀਅਰਸ ਹੈਗੇ, ਉਹਨਾਂ ਨੇ ਰੋਜ਼ ਗੁਰੂ ਘਰ ਆਉਣਾ ਹੀ ਆਉਣਾ, ਕੰਮ ਤਾਂ ਸਾਰੇ ਬੰਦ ਸੀ, ਅਤੇ ਉਹਨਾਂ ਨੇ 10-10, 12-12 ਘੰਟੇ ਨਾਲੇ ਗੁਰੂ ਦੀ ਸੇਵਾ ਵਾਸਤੇ ਗੁਰੂ ਦੇ ਵਜ਼ੀਰ ਵਲੰਟੀਅਰ ਲੱਗੇ ਹੋਏ ਆ, ਅਤੇ ਨਾਲ ਦੀ ਨਾਲ ਜਿਹੜੇ ਵਲੰਟੀਅਰ ਲੰਗਰਾਂ ਸੇਵਾ ਕਰ ਰਹੇ ਉਹ ਆਪਣੀ ਸੇਵਾ ਨਿਭਾ ਰਹੇ ਆ। ਪਰ ਆਮ ਜਨਤਾ ਦੇ ਉੱਤੇ ਬਿਲਕੁਲ ਪਾਬੰਦੀ ਸੀ, ਆਮ ਜਨਤਾ, ਕਿਉਂਕਿ
पता नहीं भी किस बंदे नूं इह बीमारी हो सकदी है तां कि होर किसे नूं नुकसान ना पहुंचावे, उतों गवर्नमेंट दीआं गाइडलाइनां दे मुताबिक जिहड़ा बिल्कुल परहेज कीता गया सी। ते चलो जी तुसीं बहुत धन्नवाद, जिहड़े असीं फिर तुहानूं वधाई दिंदे आ तुहाडे सारी संगतां नूं, तुहाडे प्रबंध नूं भी तुसीं जिहड़ा उस रोड दा नाम हुण थोड़े समय बाद गुरु नानक रोड हो जा रहा। बहुत धन्नवाद वाहिगुरु जी का खालसा वाहिगुरु जी की फतेह। फतेह जी धन्यवाद।